ਫਤਿਹ ਸਿੰਘ ਜੀ, ਜੋਲਾ ਸਿੰਘ ਜੀ, ਰਾਜ ਸਿੰਘ ਜੀ, ਔਲਾ ਸਿੰਘ ਜੀ, ਫਤਿਹ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜਦੋਂ ਇਹ 2.5 ਸਾਲ ਦਾ ਸੀ ਉਦੋਂ ਤੋਂ ਹੀ ਇਹਨੂੰ ਗੁਰਬਾਣੀ ਦੇ ਨਾਲ ਕਾਫੀ ਪ੍ਰੇਮ ਸੀ। ਗੁਰਦੁਆਰੇ ਸਾਹਿਬ ਜਾਣਾ, ਸੇਵਾ ਕਰਨੀ। ਜਦੋਂ ਤੁਸੀਂ ਗੱਤਕਾ ਖੇਡਦੇ ਹੋ, ਲੋਕਾਂ ਵੱਲੋਂ ਜਦੋਂ ਪੈਸੇ ਦਿੱਤੇ ਜਾਂਦੇ ਸੰਗਤਾਂ ਵੱਲੋਂ, ਰੱਖ ਲੈਂਦੇ ਜਾਂ ਸੁੱਟ ਦਿੰਦੇ? ਦਾ ਉਤਸ਼ਾਹ ਦੇਖ ਕੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਕਿ ਚਲੋ ਕਮ ਸੇ ਕਮ ਇਹ ਬੱਚਾ ਗੁਰੂ ਦੇ ਲੜ ਲੱਗਾ, ਕਿਉਂਕਿ ਗੁਰੂ ਸਾਹਿਬ ਨੇ ਬਖਸ਼ਿਆ, ਗੁਰੂ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਹੀ ਇਹ ਆਇਆ ਜੀ। ਇਹਨੂੰ ਇਹ ਬਾਣਾ ਪਾਉਣਾ ਸਟਾਰਟ ਕੀਤਾ। ਪਹਿਲੇ ਇਹਨੇ ਸਭ ਤੋਂ ਪਹਿਲੇ ਦਸਤਾਰ ਆਪ ਸਜਾਉਣੀ ਸ਼ੁਰੂ ਕੀਤੀ ਕਿ ਜਿਸ ਤਰ੍ਹਾਂ ਦੇ ਛੋਟੇ ਛੋਟੇ ਹੱਥ ਸੀ, ਕਿੱਦਾਂ ਕਿੱਦਾਂ ਇਹਨੇ ਬੰਨ੍ਹਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਇਹਦਾ ਬਾਣਾ ਤਿਆਰ ਕਰਵਾ ਕੇ ਇਹਨੂੰ ਬਾਣਾ ਪਾਇਆ। ਫਿਰ ਪਹਿਲੀ ਵਾਰ ਜਦੋਂ SCPC ਵੱਲੋਂ ਗੁਰੂ ਆਪਣਾ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਹੁੰਦਾ ਹੈ ਉਹਨਾਂ ਦੇ ਜਨਮ ਦਿਹਾੜੇ ਦੇ ਵਿੱਚ, ਉਦੋਂ ਫਿਰ ਇਹਨੇ ਗੱਤਕੇ ਦਾ ਉੱਥੇ ਇਹਨੇ ਆਪਣੇ ਪਰਫੋਰਮ ਕੀਤਾ ਨਿਹੰਗਾ ਸਿੰਘਾਂ ਦੇ ਨਾਲ। ਜਦੋਂ ਕਿ ਇਸ ਉਮਰ ਦੇ ਵਿੱਚ ਬੱਚੇ ਕਾਰਟੂਨ ਜਾਂ ਫੋਨ ਦੇ ਵਿੱਚ ਲੱਗੇ ਹੁੰਦੇ ਨੇ, ਇੰਨੀ ਕੁ ਉਮਰ 'ਚ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਕਿ ਤੁਹਾਡਾ ਪੁੱਤ ਯੂਰੋਪ ਦੇ ਵਿੱਚ ਖੇਡਣ ਜਾ ਰਿਹਾ। ਅਸੀਂ ਵਾਹਿਗੁਰੂ ਜੀ ਦਾ ਬਹੁਤ ਸ਼ੁਕਰਾਨਾ, ਜਿੰਨਾ ਵੀ ਕਰੀਏ ਬਹੁਤ ਥੋੜ੍ਹਾ ਹੈ ਕਿ ਵਾਹਿਗੁਰੂ ਨੇ ਛੋਟੇ ਬੱਚੇ ਨੂੰ ਆਪਣਾ ਹੀ ਇੰਨਾ ਪਿਆਰ ਦਿੱਤਾ। ਨਹੀਂ ਤਾਂ ਕੋਈ ਹੋਰ ਵੀ ਇਹਨੂੰ ਸਿਖਾ ਸਕਦੇ ਸੀ, ਡਾਂਸ, ਕੋਈ ਹੋਰ ਗੇਮ ਵੀ ਸਿਖਾ ਸਕਦੇ। ਉਹਨਾਂ ਨੇ ਆਪਣੇ ਨਾਲ ਜੋੜ ਕੇ ਹੀ ਸਿੱਖ ਮਾਰਸ਼ਲ ਆਰਟ, ਜੋ ਕਿ ਸਾਡੇ ਸਿੱਖ ਕੌਮ ਲਈ ਬਹੁਤ ਜ਼ਰੂਰੀ ਹੈ। ਜੇ ਗੁਰੂ ਸਾਹਿਬ ਨੇ ਆਪਣਾ ਹੀ ਪਿਆਰ ਦਿੱਤਾ, ਹਜ਼ੂਰ ਸਾਹਿਬ ਦੀ ਹੀ ਦਾਤ ਹੈ ਜੋ ਉੱਥੋਂ ਹੀ ਆਈ ਹੈ, ਅਤੇ ਮਹਾਰਾਜ ਨੇ ਸਤਿਕਾਰ ਨਾਮ ਦੇਣਾ ਹੀ ਹੈ, ਅਤੇ ਖਾਲਸਾ ਪੰਥ ਨੂੰ ਰੀਪ੍ਰਜੈਂਟ ਹੀ ਕਰਨ ਜਾ ਰਹੇ ਹਾਂ ਅਸੀਂ ਉੱਥੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਸਬਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਹਾਰਦਿਕ ਸਵਾਗਤ ਹੈ। ਅੱਜ ਤੁਹਾਨੂੰ ਇੱਕ ਛੋਟੇ ਜਿਹੇ ਬੱਚੇ ਨਾਲ ਮਿਲਾਉਂਦੇ ਹਾਂ ਜੋ ਮਹਿਜ਼ 3 ਸਾਲਾਂ ਦਾ। ਤੁਹਾਨੂੰ ਦੱਸ ਦਈਏ, ਇੰਨੀ ਕੁ ਉਮਰ ਦੇ ਵਿੱਚ ਯੂਰੋਪ ਦੇ ਵਿੱਚ ਈਵੈਂਟ ਖੇਡਣ ਜਾ ਰਿਹਾ ਗੱਤਕੇ ਦਾ। ਉਸਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਨੇ। ਪਹਿਲਾਂ ਪੇਰੈਂਟਸ ਸਾਹਿਬਾਨ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਫਿਰ ਬੱਚੇ ਨਾਲ ਵੀ ਗੱਲ ਕਰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬੱਚੇ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਦੋਂ ਸ਼ੁਰੂਆਤ ਹੋਈ ਇਸ ਬਾਰੇ? ਜਦੋਂ ਵਾਹਿਗੁਰੂ ਜੀ ਇਹ 2.5 ਸਾਲ ਦਾ ਸੀ ਉਦੋਂ ਜਦੋਂ ਇਹ 2.5 ਸਾਲ ਦਾ ਸੀ ਉਦੋਂ ਤੋਂ ਹੀ ਇਹਨੂੰ ਗੁਰਬਾਣੀ ਦੇ ਨਾਲ ਕਾਫੀ ਪ੍ਰੇਮ ਸੀ। ਗੁਰਦੁਆਰੇ ਸਾਹਿਬ ਜਾਣਾ, ਸੇਵਾ ਕਰਨੀ, ਭਾਂਡਿਆਂ ਦੀ ਸੇਵਾ, ਪ੍ਰਸ਼ਾਦਿਆਂ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ, ਉਦੋਂ ਤੋਂ ਹੀ ਇਹਦਾ ਉਤਸ਼ਾਹ ਦੇਖ ਕੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਕਿ ਚਲੋ ਕਮ ਸੇ ਕਮ ਇਹ ਬੱਚਾ ਗੁਰੂ ਦੇ ਲੜ ਲੱਗਾ, ਕਿਉਂਕਿ ਗੁਰੂ ਸਾਹਿਬ ਨੇ ਬਖਸ਼ਿਆ, ਗੁਰੂ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਹੀ ਇਹ ਆਇਆ ਜੀ। ਉਸ ਤੋਂ ਬਾਅਦ 2.5 ਸਾਲ ਤੋਂ ਬਾਅਦ ਫਿਰ ਇਹਨੇ ਇਹਨੂੰ ਇਹ ਬਾਣਾ ਪਾਉਣਾ ਸਟਾਰਟ ਕੀਤਾ। ਪਹਿਲੇ ਇਹਨੇ ਸਭ ਤੋਂ ਪਹਿਲੇ ਦਸਤਾਰ ਆਪ ਸਜਾਉਣੀ ਸ਼ੁਰੂ ਕੀਤੀ ਕਿ ਜਿਸ ਤਰ੍ਹਾਂ ਦੇ ਛੋਟੇ ਛੋਟੇ ਹੱਥ ਸੀ, ਕਿੱਦਾਂ ਕਿੱਦਾਂ ਇਹਨੇ ਬੰਨ੍ਹਣੀ ਸ਼ੁਰੂ ਕੀਤੀ। ਅਤੇ ਫਿਰ ਉਸ ਤੋਂ ਬਾਅਦ ਇਹਦਾ ਬਾਣਾ ਤਿਆਰ ਕਰਵਾ ਕੇ ਇਹਨੂੰ ਬਾਣਾ ਪਾਇਆ। ਫਿਰ ਪਹਿਲੀ ਵਾਰ ਜਦੋਂ SCPC ਵੱਲੋਂ ਗੁਰੂ ਆਪਣਾ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਹੁੰਦਾ ਹੈ ਉਹਨਾਂ ਦੇ ਜਨਮ ਦਿਹਾੜੇ ਦੇ ਵਿੱਚ, ਉਦੋਂ ਫਿਰ ਇਹਨੇ ਗੱਤਕੇ ਦਾ ਉੱਥੇ ਇਹਨੇ ਆਪਣੇ ਪਰਫੋਰਮ ਕੀਤਾ ਨਿਹੰਗਾ ਸਿੰਘਾਂ ਦੇ ਨਾਲ। ਅਤੇ ਉਦੋਂ ਸਾਨੂੰ ਬੜੀ ਖੁਸ਼ੀ ਹੋਈ, ਸੰਗਤ ਨੂੰ ਬੜੀ ਖੁਸ਼ੀ ਹੋਈ ਕਿ ਇੰਨਾ ਛੋਟਾ ਜਿਹਾ ਬੱਚਾ, ਉਦੋਂ ਤਾਂ 2.5 ਸਾਲ ਦਾ ਸੀ, ਅਤੇ ਉਦੋਂ ਫਿਰ ਇਹਨੇ ਕਾਫੀ ਅੱਛੀ ਪਰਫੋਰਮੈਂਸ ਕਰਕੇ ਫਿਰ ਅਸੀਂ ਵੀ ਮਨ ਬਣਾ ਲਿਆ ਦੋਨਾਂ ਜਾਣਿਆਂ ਨੇ ਕਿ ਚਲੋ ਇਹਨੂੰ ਇਸ ਲਾਈਨ ਦੇ ਵਿੱਚ, ਜੇ ਇਹਦਾ ਬੱਚੇ ਦੀ ਵਿਦਿਆ, ਚਲੋ ਵਿਦਿਆ ਤਾਂ ਇਹਦੀ ਕਰਵਾਉਣੀ ਪਰ ਸ਼ਸਤਰ ਵਿਦਿਆ ਵੀ ਨਾਲ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਉਸ ਤੋਂ ਬਾਅਦ ਫਿਰ ਜਦੋਂ ਸ਼ਸਤਰ ਵਿਦਿਆ ਦੇ ਇਹਦੇ ਨਾਲ ਨਾਲ ਇਹਨੇ ਘਰੇ ਪ੍ਰੈਕਟਿਸ ਸ਼ੁਰੂ ਕਰਤੀ, ਫਿਰ ਸ਼ਸਤਰ ਵੀ ਇਹਦੇ ਸਾਈਜ਼ ਦੇ ਬਣਵਾ ਕੇ ਇਹਦੇ ਨੂੰ ਲਿਆ ਕੇ ਦਿੱਤੇ। ਫਿਰ ਉਸ ਤੋਂ ਬਾਅਦ ਟਾਂਡੇ ਵਿਖੇ ਕੰਪੀਟੀਸ਼ਨ ਹੁੰਦਾ, ਵਿੱਕੀ ਸਿੰਘ ਜੀ ਇਹ ਨਿਊਯਾਰਕ ਤੋਂ ਉੱਥੋਂ, ਉਹਨਾਂ ਨੇ ਕੰਪੀਟੀਸ਼ਨ ਉੱਥੇ ਰਖਵਾਇਆ ਸੀ ਟਾਂਡੇ ਦੇ ਵਿੱਚ ਗੱਤਕੇ ਪਰਫੋਰਮ ਦੇ ਵਿੱਚ। ਇਹ ਸਭ ਤੋਂ ਛੋਟਾ ਭਜੰਗੀ ਸੀ ਜੀ, 3 ਸਾਲ ਦਾ। ਫਿਰ ਉਹਨਾਂ ਨੇ ਅਸੀਂ ਗੱਲ ਕੀਤੀ, ਉਹਨਾਂ ਨੇ ਇਨਵਾਈਟ ਕੀਤਾ ਕਿ ਤੁਸੀਂ ਇੱਥੇ ਆ ਕੇ ਇਸ ਬੱਚੇ ਦੀ ਪਰਫੋਰਮੈਂਸ ਇੱਕ ਵਾਰੀ ਸਟੇਜ 'ਤੇ ਦਿਖਾਓ। ਫਿਰ ਇਹਨੇ ਪਹਿਲੀ ਵਾਰੀ ਉੱਥੇ ਫਿਰ ਸਟੇਜ 'ਤੇ ਪਰਫੋਰਮੈਂਸ ਕੀਤਾ ਇਹਨੇ,
ਅਤੇ ਬਹੁਤ ਹੀ ਵਧੀਆ ਰਿਸਪੋਂਸ ਰਿਹਾ ਅਤੇ ਬਹੁਤ ਹੀ ਸਾਰੇ ਸਿੰਘਾਂ ਨੇ ਸਾਰਿਆਂ ਨੇ ਮਹਾਂਪੁਰਸ਼ਾਂ ਨੇ ਇਹਨੂੰ ਅਸੀਸ ਦਿੱਤੀ, ਕੈਸ਼ ਪ੍ਰਾਈਜ਼ ਵੀ ਦਿੱਤੇ। ਅਤੇ ਇਸ ਤੋਂ ਬਾਅਦ ਫਿਰ ਇਹਦਾ ਸਕੂਲ ਦੇ ਵਿੱਚ ਵੀ ਬੱਚਿਆਂ ਦੇ ਸਪੋਰਟਸ ਮੀਟ ਹੁੰਦਾ, ਈਵੈਂਟ ਹੁੰਦਾ, ਉਹ ਫਿਰ ਦੂਸਰੇ ਈਵੈਂਟ ਦੇ ਨਾਲ ਨਾਲ ਕਈ ਬੱਚੇ ਦੀ ਪਲੇਇੰਗਸ ਹੁੰਦੀ ਆ, ਕਈ ਕੋਈ ਗੇਮਸ ਦੇ ਵਿੱਚ, ਉਹਦੇ ਵਿੱਚ ਫਿਰ ਸਿੱਖ ਕਰਕੇ ਅਸੀਂ ਕਿਹਾ ਕਿ ਜੇ ਕੋਈ ਤੁਸੀਂ ਕੋਈ ਸਿੱਖ ਦੀ ਮਾਰਸ਼ਲ ਆਰਟ ਟਾਈਪ ਜਾਂ ਕੋਈ ਗੱਤਕਾ ਦੇ ਈਵੈਂਟ ਕੋਈ ਕਰ ਸਕਦਾ ਜੀ ਉੱਥੇ। ਪਰ ਉਹਨਾਂ ਨੇ ਪਹਿਲੇ ਦੇਖ ਕੇ ਇਹਨੂੰ ਮਨਾ ਕਰਤਾ ਕਿ ਇੰਨਾ ਛੋਟਾ ਬੱਚਾ ਕੀ ਕਰ ਪਾਏਗਾ, ਸ਼ਸਤਰ ਦੇ ਨਾਲ ਕਿੱਦਾਂ ਕਰੇਗਾ। ਪਰ ਇਹ ਗੁਰੂ ਸਾਹਿਬ ਦੀ ਕਿਰਪਾ ਸੀ, ਇਹਨੇ ਇੱਕ ਵਾਰੀ ਉਹਨਾਂ ਨੂੰ ਕਰਕੇ ਦਿਖਾਇਆ। ਫਿਰ ਉਹਨਾਂ ਨੇ ਕਾਫੀ ਇੰਪ੍ਰੈਸ ਹੋਏ ਕਿ ਹਾਂ ਕਾਫੀ ਬੱਚੇ ਦੀ ਟੈਲੈਂਟ ਹੈਗਾ, ਅਸੀਂ ਇਹਨੂੰ ਇਸ ਜਿਹੜੇ ਐਨੂਅਲ ਫੰਕਸ਼ਨ ਦੇ ਵਿੱਚ ਇਹਦੀ ਅਸੀਂ ਇੱਕ ਗੱਤਕੇ ਦੀ ਸਪੈਸ਼ਲੀ ਇਹਦੇ ਕਰਕੇ ਕਿ ਅਸੀਂ ਪਰਫੋਰਮ ਕਰਾਵਾਂਗੇ। ਫਿਰ ਉਸ ਤੋਂ ਬਾਅਦ ਜਿਹੜੇ ਐਨੂਅਲ ਫੰਕਸ਼ਨ ਦੇ ਵਿੱਚ ਫਿਰ ਇਹਨਾਂ ਨੇ ਸਰ ਨੇ ਸਕੂਲ ਦੇ ਨੇ ਉਹਨਾਂ ਨੇ ਫਿਰ ਇਹਨਾਂ ਦੇ ਬੱਚਿਆਂ ਦੀ ਟੀਮ ਤਿਆਰ ਕਰਕੇ ਫਿਰ ਇਹਨੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਗੱਤਕਾ ਪਰਫੋਰਮ ਕੀਤਾ ਸਕੂਲ ਮੀਟ ਵਿੱਚ। ਉਸ ਤੋਂ ਬਾਅਦ ਫਿਰ ਇਹਦੀ ਵੀਡੀਓਜ਼ ਵਗੈਰਾ ਦੇਖ ਕੇ ਫਿਰ ਇੱਦਾਂ ਦਾ ਇਹ WFF ਜਿਨ੍ਹਾਂ ਨੇ ਕੰਪੀਟੀਸ਼ਨ ਕਰਾ ਰਹੇ ਨੇ ਫੈਡਰੇਸ਼ਨ, ਉਹਨਾਂ ਨੇ ਇਹਦੀ ਵੀਡੀਓਜ਼ ਦੇਖ ਕੇ ਕਿ ਬੱਚੇ ਦੀ ਏਜ਼ ਹੈ ਕਿ ਬਹੁਤ ਛੋਟਾ 3 ਸਾਲ ਦਾ, ਕਿ ਉਹ ਸ਼ਸਤਰ ਨੂੰ ਆਪਣੇ ਵੈਪਨਸ ਨੂੰ ਜੋ ਹੈਂਡਲ ਦੇ ਆਪਣੇ ਹੱਥ ਕਰਨਾ ਕਿਸ ਤਰ੍ਹਾਂ ਉਹਨੂੰ ਪ੍ਰੋਪਰ ਉਹਨੂੰ ਵਧੀਆ ਤਰੀਕੇ ਨਾਲ ਕਰ ਰਹੇ ਆ, ਘੁੰਮਾ ਰਿਹਾ ਹੈ ਕਿ ਬਿਲਕੁਲ ਹੀ ਨਿਡਰ ਹੋ ਕੇ, ਕਿ ਨਹੀਂ ਤਾਂ ਬੱਚੇ ਬਹੁਤ ਛੋਟੇ ਡਰ ਜਾਂਦੇ ਕਿ ਆਹ ਦੇਖ ਕੇ ਕਿਰਪਾਨ ਸੋਟੀ ਸਾਰਾ ਕੁਝ ਦੇਖ ਕੇ। ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਇਹਨੂੰ ਸਿਲੈਕਟ ਕਰਕੇ ਕਿ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਤੁਸੀਂ ਯੂਰਪ ਦੇ ਵਿੱਚ ਲੈ ਕੇ ਆਓ, ਇਹਦੀ ਆਪਣਾ ਮਈ ਦੇ ਵਿੱਚ ਕੰਪੀਟੀਸ਼ਨ ਹੈ, ਮਿਸਟਰ ਫਿਟਗਿਟ ਯੂਨੀਵਰਸਲ ਚੈਂਪੀਅਨਸ਼ਿਪ ਹੈ ਔਰ ਯੂਰਪ ਚੈਂਪੀਅਨਸ਼ਿਪ ਹੈ, ਉਹਦੇ ਵਿੱਚ ਫਿਰ ਅਸੀਂ ਇਸ ਬੱਚੇ ਨੂੰ ਨਾਲ ਲੈ ਕੇ ਜਾ ਰਹੇ ਹਾਂ। ਅਤੇ ਉਸ ਤੋਂ ਬਾਅਦ ਕੰਪੀਟੀਸ਼ਨ ਦੇ ਵਿੱਚ ਫਿਰ ਇਸ ਤਰ੍ਹਾਂ ਸਿਲੈਕਸ਼ਨ ਤੇ ਇਹਦੀ ਹੋ ਚੁੱਕੀ ਸੀ। ਫਿਰ ਰਾਜਪੁਰੇ ਕੰਪੀਟੀਸ਼ਨ ਹੋਇਆ ਸੀ ਇੱਕ, ਉਹ ਵੀ ਫੈਡਰੇਸ਼ਨ ਕੈਲੀਫੋਰਨੀਆ ਤੋਂ ਹੀ, ਉਹਨਾਂ ਨੇ ਦਸਤਾਰਬੰਦੀ ਦਾ ਕੰਪੀਟੀਸ਼ਨ ਕਰਵਾਇਆ ਸੀ, ਉਹਦੇ ਵਿੱਚ ਗੱਤਕੇ ਦਾ ਇਹਦਾ ਖਾਸ ਕਰਕੇ ਪਰਫੋਰਮ ਕਰਵਾਇਆ ਇਹਨਾਂ ਨੇ। ਉੱਥੇ ਵੀ ਕਾਫੀ ਪਿਆਰ ਵਧੀਆ ਅਸੀਸਾਂ ਦਿੱਤੀਆਂ, ਪਰ ਕਈ ਲੋਕ ਅਸੀਸ ਦੇ ਨਾਲ ਇਹਨੂੰ ਇਸ ਤਰ੍ਹਾਂ ਬੱਚੇ ਨੂੰ ਕਹਿ ਦਿੰਦੇ ਨਾ ਪਿਆਰ ਦਿੰਦੇ, ਅਸੀਂ ਜਦੋਂ ਕਿਸੇ ਦੇ ਘਰ ਜਾਈਏ ਤਾਂ ਪੈਸੇ ਦਿੰਦੇ ਆ ਇਹਨੂੰ ਸਟੇਜ ਦੇ ਉੱਤੇ ਕਿ ਅਸੀਸ ਹੈ ਜੀ ਆ ਤੂੰ ਬੱਚੇ ਤੂੰ ਫੜ ਪੈਸੇ ਰੱਖ ਤੂੰ, ਪਰ ਇਹਨੂੰ ਪੈਸੇ ਨਾ ਪਿਆਰ ਨਹੀਂ ਹੈਗਾ, ਇਹਨੇ ਉਸੇ ਵੇਲੇ ਸੁੱਟਤੇ। ਪਰ ਅਸੀਂ ਮਨਾ ਕੀਤਾ ਕਿ ਇਸ ਤਰ੍ਹਾਂ ਨਾ ਕਰੋ, ਅਸੀਂ ਕੋਈ ਪਰਫੋਰਮ ਕਰਨਾ ਹੈ, ਅਸੀਂ ਪੈਸੇ ਪੂਸੇ ਵਾਸਤੇ ਨਹੀਂ ਇਸ ਤਰ੍ਹਾਂ। ਪਰ ਉਹ ਕਹਿੰਦੇ ਕਿ ਨਹੀਂ ਇਹ ਸਾਡਾ ਪਿਆਰ ਹੈ ਸਾਡਾ ਕਿ ਬੱਚਾ ਇੱਦਾਂ ਸੋਹਣਾ ਕਰਦਾ ਪਿਆ, ਅਤੇ ਉਹਨਾਂ ਨੇ ਖੁਸ਼ੀ ਦੇ ਨਾਲ ਕਿ ਅਸੀਂ ਕਰ ਰਹੇ ਪਏ ਹਾਂ ਕਿ ਸਾਡਾ ਬੱਚਾ ਵੀ ਹੁੰਦਾ ਇਹ ਵੀ ਕਰਨਾ ਸੀ। ਫਿਰ ਇਸੇ ਕਰਕੇ ਫਿਰ ਉੱਥੇ ਵੀ ਬਹੁਤ ਵਧੀਆ ਪਰਫੋਰਮ ਕੀਤਾ, ਉੱਥੇ ਵੀ ਇਹਨੇ ਮਾਨ ਸਨਮਾਨ ਕਾਫੀ ਹਾਸਲ ਕੀਤਾ। ਹੁਣ ਬਸ ਤਿਆਰੀ ਹੈ ਜੀ ਇਹਦੀ, ਮਈ ਦੇ ਵਿੱਚ ਕੰਪੀਟੀਸ਼ਨ ਹੈ, ਉਹਦੇ ਵੱਲ ਹੀ ਬਸ ਇਹਦੀ ਤਿਆਰੀ ਵੱਲ ਲੱਗੇ ਹੋਏ ਹਾਂ, ਅਤੇ ਉਮੀਦ ਹੈ ਕਿ ਵਾਹਿਗੁਰੂ ਜੀ ਸਹਾਈ ਹੋ ਕੇ ਉੱਥੇ ਵੀ ਗੱਲ ਕਰ ਲਈਏ ਪ੍ਰੈਕਟਿਸ ਦੀ, ਤਾਂ ਕਿੰਨਾ ਕੁ ਟਾਈਮ ਪ੍ਰੈਕਟਿਸ ਕਰਦਾ ਇਹ? ਕਮ ਸੇ ਕਮ 3 ਘੰਟੇ ਕਰਦਾ ਜੀ, ਸਵੇਰੇ ਨਹੀਂ ਸ਼ਾਮੀ ਕਰਦਾ ਜੀ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿਉਂਕਿ ਇੰਨੀ ਉਮਰ ਦਾ ਬੱਚਾ ਜਿਹਨੂੰ ਗੱਲ ਕਰ ਲਈਏ ਨਾ, ਜਾਂ ਤਾਂ ਕਾਰਟੂਨ 'ਚ ਲੱਗਾ ਹੁੰਦਾ ਜਾਂ ਫੋਨ ਦੇ ਵਿੱਚ ਲੱਗਾ ਹੁੰਦਾ, ਅਤੇ ਗੁਰਸਿੱਖੀ ਵੱਲ ਲੱਗਾ ਹੋਇਆ ਇੰਨੀ ਕੁ ਉਮਰ 'ਚ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜੀ? ਨਹੀਂ ਜੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਅਸੀਂ ਕਿਤੇ ਜਾਂਦੇ ਵੀ ਹਾਂ, ਕਿਤੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਬਾਜ਼ਾਰ ਜਾਂਦੇ, ਕਿਤੇ ਵੀ ਦਮਾਲਾ ਦਾ ਬੰਨਿਆ ਹੋ ਕੇ ਲੋਕ ਇਹਦੇ ਨਾਲ ਖੜ੍ਹੇ ਹੋ ਕੇ ਫੋਟੋਆਂ ਵੀ ਖਿਚਾਉਂਦੇ ਆ, ਇਹਨੂੰ ਚੁੱਕਦੇ ਵੀ, ਪਿਆਰ ਵੀ ਕਰਦੇ, ਅਸੀਸਾਂ ਵੀ ਦਿੰਦੇ ਆ, ਅਤੇ ਉਦੋਂ ਤਾਂ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ। ਉਹ ਵੀ ਚਾਹੁੰਦੇ ਕਿ ਉਹ ਵੀ ਆਪਣੇ ਆਪ ਬੱਚਿਆਂ ਨੂੰ ਕਹਿੰਦੇ ਕਿ ਉਹ ਦੇਖੋ ਛੋਟੇ ਜਿਹੇ ਬੱਚੇ ਨੇ ਦਮਾਲਾ ਬੰਨਿਆ, ਕਿੱਡਾ ਸੋਹਣਾ ਲੱਗਦਾ ਪਿਆ, ਤੂੰ ਵੀ ਬੰਨਿਆ ਕਰ। ਇਸ ਤਰ੍ਹਾਂ ਸਾਨੂੰ ਹੋਰ ਹੀ ਕਹਿੰਦੇ ਕਿ ਕਿੱਥੋਂ ਤੁਸੀਂ ਇਹਦਾ ਡਰੈਸਿਸ ਤਿਆਰ ਕਰਾਉਂਦੇ ਹੋ, ਕੁਛ ਵੀ ਹੈ ਕਿ ਬਹੁਤ ਸੋਹਣਾ ਹੈ ਕਿ ਇਹਨੂੰ ਐਸੇ ਲਾਈਨ 'ਚ ਲੱਗੇ ਰਹਿੰਦੇ ਤੁਸੀਂ? ਬਿਲਕੁਲ, ਫਤਿਹ ਸਿੰਘ ਦੇ ਮੰਮਾ ਜੀ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜੀ, ਛੋਟਾ ਜਿਹਾ ਜੇ ਬੱਚਾ ਜਦੋਂ ਕਿ ਇਸ ਉਮਰ ਦੇ ਵਿੱਚ ਬੱਚੇ ਕਾਰਟੂਨ ਜਾਂ ਫੋਨ ਦੇ ਵਿੱਚ ਲੱਗੇ ਹੁੰਦੇ ਨੇ, ਇੰਨੀ ਕੁ ਉਮਰ 'ਚ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਕਿ ਤੁਹਾਡਾ ਪੁੱਤ ਯੂਰੋਪ ਦੇ ਵਿੱਚ ਖੇਡਣ ਜਾ ਰਿਹਾ ਜੀ? ਅਸੀਂ ਵਾਹਿਗੁਰੂ ਜੀ ਦਾ ਬਹੁਤ ਸ਼ੁਕਰਾਨਾ, ਜਿੰਨਾ ਵੀ ਕਰੀਏ ਬਹੁਤ ਥੋੜ੍ਹਾ ਹੈ ਕਿ ਵਾਹਿਗੁਰੂ ਨੇ ਛੋਟੇ ਬੱਚੇ ਨੂੰ ਆਪਣੇ
ਆਪਣਾ ਹੀ ਇੰਨਾ ਪਿਆਰ ਦਿੱਤਾ, ਨਹੀਂ ਤਾਂ ਕੋਈ ਹੋਰ ਵੀ ਇਹਨੂੰ ਸਿਖਾ ਸਕਦੇ ਸੀ ਡਾਂਸ, ਕੋਈ ਕੋਈ ਹੋਰ ਗੇਮ ਵੀ ਸਿਖਾ ਸਕਦੇ, ਉਹਨਾਂ ਨੇ ਆਪਣੇ ਨਾਲ ਜੋੜ ਕੇ ਹੀ ਸਿੱਖ ਮਾਰਸ਼ਲ ਆਰਟ, ਜੋ ਕਿ ਸਾਡੇ ਸਿੱਖ ਕੌਮ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹਿੱਸਾ ਸਾਡੀ ਲਾਈਫ ਦਾ। ਹਰ ਬੱਚੇ ਅਸੀਂ ਸਮਝਦੇ ਹਾਂ ਕਿ ਗੱਤਕਾ ਇੱਕ ਗੇਮ ਹੋ ਗਈ ਜੀ, ਅੱਜ ਕੱਲ੍ਹ ਉਹ ਨਾਰੀਅਲ ਮੈਂ ਉੱਧਰ ਨਹੀਂ ਜਾਣਾ ਚਾਹੁੰਦੀ, ਉਹ ਬੋਡੀ ਥਰੂ ਕਰਦੇ ਨੇ, ਹੈ ਨਾ। ਪਰ ਬੱਚਾ ਜਿਸ ਤਰ੍ਹਾਂ ਸਾਡਾ ਛੋਟਾ ਹੈ, ਉਹ ਇਹ ਪਰਫੋਰਮੈਂਸ ਕਰਦਾ ਹੈ, ਸਿੱਖ ਮਾਰਸ਼ਲ ਆਰਟ ਉਹਦੇ ਲਈ ਇੰਨੀ ਜ਼ਰੂਰੀ, ਹਰ ਬੱਚੇ ਦੇ ਲਈ ਇੰਨੀ ਜ਼ਰੂਰੀ ਹੈ ਕਿ ਉਹਨੂੰ ਖੁਦ ਨੂੰ ਡਿਫੈਂਡ ਮਤਲਬ ਕਰਨਾ ਆਉਣਾ ਚਾਹੀਦਾ ਲਾਈਫ ਦੇ ਵਿੱਚ, ਕਿ ਜੇ ਉਹਦੇ ਨਾਲ ਕੋਈ ਕੱਟ ਹੋ ਸਕਦਾ। ਸ਼ਰਾਰਤਾਂ ਕਿੰਨੀਆਂ ਕਰਦੇ ਹੋ? ਸ਼ਰਾਰਤੀ ਤਾਂ ਬਹੁਤ ਸ਼ਰਾਰਤੀ ਹੈ, ਬਹੁਤ ਸ਼ਰਾਰਤੀ ਹੈ, ਬਹੁਤ ਸ਼ਰਾਰਤੀ ਹੈ। ਜੇ ਅਸੀਂ ਕਹੀਏ ਕਿ ਜੋ ਚੀਜ਼ ਮਦਰ ਨੇ ਕਹਿਣੀ ਹੈ ਨਾ, ਉਹ ਤਾਂ ਪੁੱਠੇ ਜਾਣਾ ਅਸੀਂ, ਪਾਪਾ ਦਾ ਵੀ ਲਾਡਲਾ, ਵੈਸੇ ਮੇਰਾ ਵੀ ਲਾਡਲਾ, ਪਰ ਅਸੀਂ ਕਹੀਏ ਜਿੰਨਾ ਲਾਡਲਾ ਗੁਰੂ ਸਾਹਿਬ ਦਾ ਨਾ, ਉਹਨਾਂ ਲਾਡਲਾ ਸਾਡਾ ਨਹੀਂ ਹੈ। ਗੁਰੂ ਸਾਹਿਬ ਨੇ ਇਹਨੂੰ ਇੰਨਾ ਪਿਆਰ ਬਖਸ਼ਿਆ, ਮੈਨੂੰ ਹੁੰਦਾ ਸੀਗਾ ਕਿ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ, ਪਰ ਜਦ ਅਸੀਂ ਸਮਾਜ ਵਿੱਚ ਜਾਂਦੇ ਹਾਂ, ਸੁਸਾਇਟੀ 'ਚ ਇਹ ਚੋਲਾ ਪਾਇਆ ਹੋਵੇ, ਦਸਤਾਰ ਸਜਾਈ ਹੋਵੇ, ਲੋਕ ਮਾਂ ਬਾਪ ਤੋਂ ਵੱਧ ਕੇ ਜ਼ਿਆਦਾ ਗੋਤੀ ਚੱਕ ਚੱਕ ਕੇ ਪਿਆਰ, ਇੰਨਾ ਪਿਆਰ ਦਿੰਦੇ। ਮਤਲਬ ਇਹਦੇ ਵੀਰ ਜੀ ਇੱਕ ਨੇ ਹਰਿਮੰਦਰ ਸਾਹਿਬ ਦੇ ਨੇ, ਉਹਨਾਂ ਨੇ ਚੇਚਾ ਇਹਦੇ ਲਈ ਖੰਜਰ ਤਿਆਰ ਕਰਵਾਇਆ ਸੀ, ਫਤਿਹ ਸਿੰਘ ਨਾਮ ਦਾ, ਚਾਂਦੀ ਨਾਲ, ਅਤੇ ਉਹ ਇਹਨੂੰ ਗਿਫਟ ਕੀਤਾ ਸੀ। ਮਤਲਬ ਸਾਡੇ ਲਈ ਬਹੁਤ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਬੱਚਾ ਇੰਨਾ ਛੋਟਾ ਇੰਨਾ ਪਿਆਰ ਹਾਸਿਲ ਕਰ ਰਿਹਾ, ਨਹੀਂ ਤਾਂ ਇੰਨੀ ਨਫ਼ਰਤ ਵਾਲੀ ਦੁਨੀਆ 'ਚ ਲੋਕ ਕਿਸੇ ਨੂੰ ਐਪਰੀਸ਼ੀਏਟ ਕਰਨਾ ਬਹੁਤ ਦੂਰ ਦੀ ਗੱਲ ਹੈ, ਪਰ ਇਹਨੂੰ ਬਹੁਤ ਸਤਿਕਾਰ ਦਿੰਦੇ, ਚਰਨੀ ਵੀ ਹੱਥ ਲਾ ਜਾਂਦੇ ਨੇ, ਕਿਉਂਕਿ ਇਹ ਹੈ ਹੀ ਇਸ ਤਰ੍ਹਾਂ ਦਾ ਨਾ, ਬਾਣਾ ਗੁਰੂ ਸਾਹਿਬ ਦਾ, ਜੇ ਗੁਰੂ ਸਾਹਿਬ ਨੇ ਆਪਣਾ ਹੀ ਪਿਆਰ ਦਿੱਤਾ, ਹਜ਼ੂਰ ਸਾਹਿਬ ਦੀ ਹੀ ਦਾਤ ਹੈ ਜੋ ਉੱਥੋਂ ਹੀ ਆਈ ਹੈ, ਅਤੇ ਮਹਾਰਾਜ ਨੇ ਸਤਿਕਾਰ ਨਾਮ ਦੇਣਾ ਹੀ ਹੈ, ਅਤੇ ਖਾਲਸਾ ਪੰਥ ਨੂੰ ਰੀਪ੍ਰਜੈਂਟ ਹੀ ਕਰਨ ਜਾ ਰਹੇ ਹਾਂ ਅਸੀਂ ਉੱਥੇ। ਗੁਰਸਿੱਖੀ ਦੀ ਗੱਲ ਕਰ ਲਈਏ ਤਾਂ ਹੁਣ ਤੱਕ ਬੱਚੇ ਨੂੰ ਕੀ ਕੀ ਸਿਖਾਇਆ ਗਿਆ, ਜੇ ਗੱਲ ਕਰ ਲਈਏ ਪਾਠ ਦੀ ਗੱਲ ਕਰ ਲਈਏ, ਕਿਹੜੇ ਕਿਹੜੇ ਪਾਠ ਹੈ ਜਿਹੜੇ ਬੱਚੇ ਨੂੰ ਸਿਖਾਏ ਗਏ ਹੁਣ ਤੱਕ? ਅਸੀਂ ਆਪਣੇ ਵੱਲੋਂ ਤਾਂ ਜਿੰਨਾ ਸਿਖਾ ਸਕਦੇ, ਸਿਮਰਨ ਤਾਂ ਚਲੋ ਜੀ ਅਸੀਂ ਕਹੀਏ ਨਾ, ਅਨੰਦਪਾਲ ਵੀਰ ਜੀ ਨੇ, ਜਿਨ੍ਹਾਂ ਦਾ ਰਾਗੀ ਸਿੰਘ ਨੇ ਵਾਹਿਗੁਰੂ ਵਾਹਿਗੁਰੂ ਸਿਮਰਨ ਜੀ, ਅਸੀਂ ਗੱਡੀ 'ਚ ਕਿਤੇ ਲਾ ਦਈਏ ਨਾ, ਪੂਰੀ ਲਿਵ ਜੁੜ ਜਾਂਦੀ, ਵਾਹਿਗੁਰੂ ਵਾਹਿਗੁਰੂ ਕਰਕੇ ਪੂਰੀ ਜੁੜ ਜਾਂਦੀ ਹੈ। ਕਿਤੇ ਗਾਣੇ ਨਹੀਂ ਲਾਉਣੇ, ਟੀ ਵੀ 'ਚ ਕੁਛ ਨਹੀਂ ਲਾਉਣਾ, ਟੀ ਵੀ 'ਚ ਵੀ ਗੱਡੀ 'ਚ ਵੀ ਸ਼ਬਦ ਹੀ ਲੱਗਣੇ ਹੈ। ਅਤੇ ਹੁਣ ਉਹ ਅੱਜ ਕੱਲ੍ਹ ਭਾਈ ਮਹਿਲ ਸਿੰਘ ਜੀ ਦਾ ਦੀਦ ਹੈਗਾ, ਉਹ ਬਹੁਤ ਪਸੰਦ ਹੈ, ਉਹ ਲੱਗਣਾ ਹੈ ਤੇਰੀ ਦੀਦ ਅਤੇ ਦਰਸ਼ਨ, ਜਿਸ ਤਰ੍ਹਾਂ ਉਹਨਾਂ ਦਾ ਹੈਗਾ ਸ਼ਬਦ ਜਿਹੜਾ, ਅਤੇ ਮਤਲਬ ਗੁਰਬਾਣੀ ਨਾਲ ਸ਼ਬਦ ਨਾਲ ਬਹੁਤ ਪ੍ਰੇਮ ਹੈ। ਅਤੇ ਇੱਕ ਅੱਧੀ ਵਾਰੀ ਕਿਤੇ ਮੈਂ ਇਹਨੂੰ ਸਿਖਾਇਆ ਮੂਲ ਮੰਤਰ ਦਾ ਪਾਠ, ਪਰ ਹੁਣ ਜਿਸ ਤਰ੍ਹਾਂ ਉਹਨੂੰ ਆਉਂਦਾ ਨਾ, ਰਿਪੀਟ ਕਈ ਹੁੰਦਾ ਨਾ, ਬਾਰ 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 ਕਰਵਾਉਣਾ ਪੈਂਦਾ ਬੱਚੇ ਨੂੰ, ਸਿੰਗਲ ਟਾਈਮ ਹੀ ਕਰਵਾਇਆ ਹੋਏਗਾ, ਉਸ ਤੋਂ ਬਾਅਦ ਵਾਹਿਗੁਰੂ ਨੇ ਦਾਤ ਹੀ ਉਹਨੂੰ ਕਹਿ ਲਓ ਦਿੱਤੀ ਹੈ ਕਿ ਇਨਬਿਲਟੀ ਸਭ ਕੁਝ ਚੱਲ ਰਿਹਾ, ਸਭ ਗੱਤਕਾ ਵੀ ਉਹਨੂੰ ਆਉਂਦਾ, ਅਸੀਂ ਨਹੀਂ ਸਿਖਾਇਆ, ਕੋਈ ਟੀਚਰ ਨਹੀਂ ਸੀ ਉਹਦਾ, ਕੋਈ ਵੀ ਟੀਚਰ ਨਹੀਂ ਸੀਗਾ, ਕਹਿ ਲਓ ਵਾਹਿਗੁਰੂ ਦੀ ਹੀ, ਕਿਉਂਕਿ ਇਹ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ, ਗੁਰਗੋਬਿੰਦ ਸਿੰਘ ਜੀ ਦੀ ਹੀ ਦਾਤ ਹੈ, ਅਤੇ ਬੱਚਾ ਵੀ ਆਇਆ ਉੱਥੋਂ ਹੈ, ਅਤੇ ਉਹ ਅੰਦਰੋਂ ਹੀ ਸਭ ਕੁਝ ਲੈ ਕੇ ਆ, ਗੁਰਬਾਣੀ, ਸਾਹਿਬਜ਼ਾਦਿਆਂ ਦੇ ਨਾਮ, ਦਸਾਂ ਪਾਤਸ਼ਾਹੀ ਦੇ ਨਾਮ, ਥੋੜ੍ਹੇ ਅੱਗੇ ਪਿੱਛੇ ਨੇ, ਬੱਚਾ ਛੋਟਾ, ਅਸੀਂ ਜ਼ਿਆਦਾ ਟੋਕਦੇ ਨਹੀਂ, ਜਿੰਨਾ ਆਉਂਦਾ ਹੌਲੀ ਹੌਲੀ ਵੱਡਾ ਹੋਏਗਾ, ਠੀਕ ਕਰਦੇ ਜਾਵਾਂਗੇ, ਪਰ ਮੇਰਾ ਫੋਕਸ ਹੈ ਕਿ ਹੌਲੀ 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 ਚੌਪਈ ਸਾਹਿਬ ਵੱਲ ਵੀ ਲੈ ਆਵਾਂ, ਜਲਦੀ ਇਹਨੂੰ ਸਿਖਾਵਾਂ ਚੌਪਈ ਸਾਹਿਬ ਦਾ। ਫਤਿਹ ਸਿੰਘ ਵੀ ਇੱਥੇ ਆ ਗਏ ਨੇ, ਫਤਿਹ ਸਿੰਘ ਜੀ ਸਾਡੇ ਨਾਲ ਗੱਲ ਨਹੀਂ ਕਰੋਗੇ? ਇੱਧਰ ਆਓ, ਇੱਧਰ ਕਿਉਂ? ਸਾਹਿਬਜ਼ਾਦਿਆਂ ਦੇ ਨਾਮ ਦੱਸ ਦਿਓ, ਨਾਮ ਦੱਸ ਦਿਓ ਸਾਹਿਬਜ਼ਾਦਿਆਂ। ਜੀ ਅਜੇ ਬੱਚਾ ਖੇਡਦੇ ਆ, ਹਜੇ ਇੰਟਰਵਿਊ ਦੇ ਹੱਕ 'ਚ ਨਹੀਂ ਆ, ਮਗਰ ਪੇਰੈਂਟਸ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਲਗਾਤਾਰ ਕਰ ਰਹੇ ਆ। ਜੀ ਪੇਰੈਂਟਸ ਦੀ ਇੱਕ ਡਿਮਾਂਡ ਹੁੰਦੀ ਕਿ ਬੱਚਾ ਸਾਡਾ ਜਦੋਂ ਵੱਡਾ ਹੋਵੇ ਤਾਂ ਇਹ ਬਣੇ ਉਹ ਬਣੇ, ਤੁਹਾਡਾ ਕੀ ਮਨ 'ਚ ਆਉਂਦਾ ਕਿ ਜਦੋਂ ਬੱਚਾ ਇਹ ਵੱਡਾ ਹੋਵੇ ਤਾਂ ਕੀ ਬਣੇ? ਸਾਡੇ ਤਾਂ ਇਹੋ ਹੀ ਆ ਕਿ ਇਹ ਵੱਡਾ ਹੋ ਕੇ ਚੰਗਾ ਯੋਧਾ ਬਣੇ ਖਾਲਸਾ ਦਾ, ਔਰ ਗੁਰਸਿੱਖ ਬਣੇ, ਅਤੇ ਹੋਰ ਸਾਡੇ 'ਚ ਕੋਈ ਇੱਦਾਂ ਦਾ ਕੋਈ ਟੈਲੈਂਟ, ਕੋਈ ਇਸ ਤਰ੍ਹਾਂ ਦਾ ਕੋਈ ਡਾਂਸ ਇੱਦਾਂ ਦਾ ਕੋਈ ਨਹੀਂ ਕਰਵਾਉਣਾ, ਇਹ ਗੁਰਸਿੱਖੀ ਦੇ ਵਿੱਚ ਬਾਣੇ ਦੀ ਲਾਜ ਰੱਖੇ ਬਸ। ਫਤਿਹ ਸਿੰਘ ਵੀ ਇੱਥੇ ਆ ਚੁੱਕਿਆ। ਫਤਿਹ ਸਿੰਘ ਜੀ ਆਪਣੇ
ਚਾਰ ਸਾਹਿਬਜ਼ਾਦਿਆਂ ਦਾ ਨਾਮ ਸੀ ਜੀ ਜਿੰਗੀ ਜੋਲਾ ਸਿੰਘੀ ਫਤਿਹ ਸਿੰਘੀ ਜੋਲਾ ਸਿੰਘੀ ਜਾਤ ਸਿੰਘੀ ਜੋਲਾ ਸਿੰਘੀ ਫਤਿਹ ਸਿੰਘੀ ਇੱਕ ਜੈਕਾਰਾ ਲਾਉਂ ਲੋਕਾਂ ਵੱਲੋਂ ਜਦੋਂ ਪੈਸੇ ਦਿੱਤੇ ਜਾਂਦੇ ਸੰਗਤਾਂ ਵੱਲੋਂ ਰੱਖ ਲੈਂਦੇ ਜਾਂ ਸੁੱਟ ਦਿੰਦੇ ਸੁੱਟ ਦਿੰਦੇ ਹੋ ਕਿਉਂ ਪੈਸਾ ਤਾਂ ਸਾਰਿਆਂ ਨੂੰ ਚਾਹੀਦਾ ਹੁੰਦਾ ਤੁਸੀਂ ਕਿਉਂ ਸੁੱਟ ਦਿੰਦੇ ਹੋ ਜੇ ਗੱਲ ਕਰ ਲਈਏ ਤਾਂ ਬੱਚੇ ਦੇ ਤੁਹਾਡੇ ਮਨ 'ਚ ਇੱਛਾ ਹੋਏਗੀ ਸਾਡਾ ਬੱਚਾ ਵੱਡਾ ਹੋ ਕੇ ਕੁਛ ਸਾਡੇ ਮਤਲਬ ਦਾ ਬਣੇ ਹੈ ਨਾ ਕੋਈ ਪੇਰੈਂਟਸ ਦੀ ਇੱਛਾ ਹੁੰਦੀ ਹੈ ਮਗਰ ਤੁਹਾਡੀ ਕੀ ਇੱਛਾ ਜਿੱਥੋਂ ਤੱਕ ਅਸੀਂ ਹੁਣ ਆਏ ਹਾਂ ਉੱਥੋਂ ਤੱਕ ਵੀ ਸਾਡੀ ਕੋਈ ਇੱਛਾ ਨਹੀਂ ਚੱਲੀ ਉਹ ਵੀ ਵਾਹਿਗੁਰੂ ਹੀ ਸਾਨੂੰ ਆਪਣੇ ਆਪ ਹੀ ਲੈ ਕੇ ਆਏ ਨੇ ਅਤੇ ਅੱਗੇ ਵੀ ਇਹਦਾ ਫਿਊਚਰ ਵਾਹਿਗੁਰੂ ਨੇ ਹੀ ਸੋਚਿਆ ਹੋਣਾ ਸਾਨੂੰ ਉਸ ਚੀਜ਼ ਦੀ ਕੋਈ ਚਿੰਤਾ ਨਹੀਂ ਹੈਗੀ ਜੀ ਬਿਲਕੁਲ ਇਹ ਫਤਿਹ ਸਿੰਘ ਦੇ ਪੇਰੈਂਟਸ ਨੇ ਫਤਿਹ ਸਿੰਘ ਨਾਲ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਹਜੇ ਸ਼ਰਾਰਤਾਂ ਕਰ ਰਿਹਾ ਮਗਰ ਯੂਰੋਪ ਵਿੱਚ ਖੇਡਣ ਜਾ ਰਿਹਾ ਫਤਿਹ ਸਿੰਘ ਜਿਸ ਵੱਲੋਂ ਹਜੇ ਸ਼ਰਾਰਤੀ ਬਹੁਤ ਸ਼ਰਾਰਤਾਂ ਕਰ ਰਿਹਾ ਗੱਲਬਾਤ ਵੀ ਨਹੀਂ ਕਰ ਰਿਹਾ ਮਗਰ ਹਾਂ ਜਦੋਂ ਖੇਡ ਕੇ ਜਿੱਤ ਕੇ ਵਾਪਸ ਆਏਗਾ ਉਦੋਂ ਆਪਾਂ ਗੱਲਬਾਤ ਤੁਹਾਡੇ ਨਾਲ ਫਿਰ ਸਾਂਝੀ ਕਰਾਂਗੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਮਹਿਮਾਨ ਦਾ ਸੰਬੰਧ ਨਹੀਂ ਹੋਊਗਾ